फिर साहब हमारा बंदा मेरे ना ज्यादती ना करो, मेरे छोटे छोटे बच्चे ने। तेरे छोटे छोटे बच्चे तो रहोगे लेकिन उन्हें सिरा तो बाप का साया नहीं रहेगा। तेरे मैं जो कह रहे हैं चुपचाप से सहन कर, तू दफा जा। चौधरी साहब ऐदा ना करो, तू जुल्म करते पे है गरीब नाल। ਮੈਨੂੰ ਨਾ ਸਿਖਾ ਪੁੱਤਾ, ਤੂੰ ਛੋਟਾ ਛੋਟਾ ਹੀ ਰਹਿ, ਮੇਰੇ ਕਮਰੇ ਨੂੰ ਦਾਖਲ ਕਰਨ ਜ਼ਰੂਰ ਨਹੀਂ। ਅੱਡਾ ਦਫਾ ਇੱਥੋਂ, ਤੁਸੀਂ ਜੋ ਮਰਜ਼ੀ ਕਹਿ ਲਓ, ਤੁਸੀਂ ਜ਼ੁਲਮ ਕਰ ਰਹੇ ਆ ਗਰੀਬ। ਦਫਾ ਇੱਥੋਂ ਚੱਲ, ਮੈਨੂੰ ਕੰਮ ਸਿਖਾਉਣ ਆ ਗਿਆ। ਯਾਰ ਘਰ ਦੇ ਕੀ ਹਾਲਾਤ ਹੋ ਗਏ ਯਾਰ, ਨਾ ਸਾਡੇ ਖਾਣ ਨੂੰ ਕੁਛ ਹੈ ਵਾ, ਨਾ ਮੇਰੇ ਬੱਚਿਆਂ ਦੇ ਖਾਣ ਨੂੰ ਕੁਛ ਹੈ ਵਾ। ਵਿਚਾਰੇ ਡੰਗਰ ਵੀ ਭੁੱਖੇ ਰਹਿੰਦੇ ਆ ਯਾਰ, ਸਾਡਾ ਤੇ ਚਲੋ ਠੀਕ ਆ, ਉਹਨਾਂ ਨਾਲ ਤੇ ਜ਼ੁਲਮ ਹੋ ਰਿਹਾ। ਮਹਿੰਗਾਈ ਬਹੁਤ ਹੋ ਗਈ ਯਾਰ, ਕੀ ਕਰੀਏ। ਮੈਨੂੰ ਲੱਗਦਾ ਚੌਧਰੀ ਸਾਹਿਬ ਕੋਲ ਜਾਣੇ ਪੈਣੇ, ਪਰ ਉਹ ਵੀ ਦੋ ਨੰਬਰ ਬੰਦਾ ਵਾ ਯਾਰ। ਪਰ ਆਪਣੇ ਪੇਟ ਲਈ ਕੁਛ ਨਾ ਕੁਛ ਤੇ ਕਰਨਾ ਹੀ ਪੈਣਾ, ਪੱਲੇ ਲਈ ਨਹੀਂ ਤਾਂ ਬੱਚਿਆਂ ਲਈ ਕਰਨਾ ਪੈਣਾ, ਜਾਣਾ ਪੈਣਾ ਚੌਧਰੀ। ਚੌਧਰੀ ਸਾਹਿਬ ਕਿੱਧਰ, ਨੀਚੇ ਬੈਠ, ਔਕਾਤ ਭੁੱਲ ਗਿਆ ਆਪਣੀ। ਚੌਧਰੀ ਸਾਹਿਬ ਤੁਹਾਡੀ ਮਦਦ ਹੀ ਕਰ ਦਿਓ, ਪੈਸੇ ਥੋੜ੍ਹੇ ਜਿਹੇ ਦੇ ਦਿਓ, ਘਰ ਬੱਚੇ ਰਾਸ਼ਨ ਲੈ ਕੇ ਜਾਣਾ। ਕਿਸ ਖੁਸ਼ੀ ਤੇਰੀ ਮਦਦ ਕਰਾਂ, ਕੋਈ ਵਜ੍ਹਾ? ਮੈਂ ਤੁਹਾਡੇ ਵਾਸਤੇ ਪੈਸੇ ਕਮਾਉਂਦਾ ਅਤੇ ਤੁਹਾਡੇ ਵਰਗੇ ਦੋ ਟੱਕੇ ਦੇ ਬੰਦੇ ਨੂੰ ਪੈਸੇ ਦੇਵਾਂ ਆਪਣੀ ਆਰਾਮ ਦੇ ਪੈਸੇ। ਵੇਖੋ ਸਰ, ਤੁਹਾਡੀਆਂ ਇੰਨੀਆਂ ਜ਼ਮੀਨਾਂ ਵਾ, ਤੁਸੀਂ ਥੋੜ੍ਹੇ ਬਹੁਤ ਤਾਂ ਪੈਸੇ ਦੇ ਹੀ ਸਕਦੇ ਹੋ। ਕੁਛ ਨਹੀਂ, ਤੈਨੂੰ ਮਿਲਣਾ ਹੈਗਾ ਇਸ ਪਿੰਡ 'ਚ ਉਹੀ ਕੁਝ ਚੌਧਰੀ ਕਹੇਗਾ। ਇਹ ਕਮਾਉਣਾ ਅਤੇ ਆਪ ਕਮਾਏ ਖਾ, ਚੌਧਰੀ ਤੁਹਾਡੇ ਵਾਸਤੇ ਨਹੀਂ ਬੈਠਾ ਇੱਥੇ। ਚੌਧਰੀ ਸਾਹਿਬ ਮੈਂ ਤੁਹਾਨੂੰ ਪੈਸੇ ਵਾਪਸ ਕਰ ਦਾਂਗਾ, ਮੈਨੂੰ ਉਧਾਰ ਦੇ ਦਿਓ ਪੈਸੇ। ਤੇਰੀ ਇੰਨੀ ਔਕਾਤ ਹੋ ਗਈ ਆ ਕਿ ਚੌਧਰੀ ਕੋਲ ਕਰਜ਼ਾ ਲੈ ਕੇ ਵਾਪਸ ਕਰ ਸਕੇ? ਆਪਣੀ ਔਕਾਤ ਦੇ ਅਤੇ ਫਿਰ ਗੱਲਾਂ ਦੇਖ। ਤੇਰੇ ਮਰਨ ਤੇ ਕਿਸੇ ਪਿੰਡ ਵਾਲੇ ਇੱਕ ਬੰਦੇ ਨੂੰ ਫਰਕ ਨਹੀਂ ਪੈਣਾ। ਤੁਹਾਡੇ ਵਰਗੇ ਗਰੀਬ ਬੰਦੇ ਦੁਨੀਆਂ ਤੇ ਬੋਝ ਹੁੰਦੇ ਆ, ਸਗੋਂ ਚੰਗਾ ਤੂੰ ਮਰੇਗਾ ਦੁਨੀਆਂ ਦਾ ਬੋਝ ਘਟੇਗਾ। ਜਾਂ ਜਦੋਂ ਮਰੇਗਾ ਮੈਨੂੰ ਦੱਸ ਦੇਈ, ਅੰਗ ਤਮਾਸ਼ਾ ਦੇਖ ਲਾਂਗਾ ਮੈਂ ਵੀ ਤੇਰੇ ਮਰਨ ਦਾ। ਚੱਲ ਜਾ ਇੱਥੋਂ, ਸਰ ਜ਼ਿੰਮੇਦਾਰ ਤੁਸੀਂ ਹੋਵੋਗੇ। ਜਾ ਮਰ, ਮੈਨੂੰ ਦੱਸ ਜੇ ਮਰਨਾ ਆ ਕੇ ਤਮਾਸ਼ਾ ਦੇਖੂੰਗਾ ਤੇਰਾ। ਵੱਡਾ ਆ ਚੌਧਰੀ, ਤੂੰ ਕਿੱਦਾਂ ਨਾ ਮਰ ਦੂੰਗਾ, ਤੂੰ ਮਰ ਜਾ, ਮੇਰੇ ਸਿਰ ਤੇ ਕੀ ਅਸਰ ਪੈਣਾ ਤੇਰਾ। ਹਾਂ ਵੀ ਛੋਟੇ ਕਿੱਦਾਂ ਕਿਹੜਾ ਲੱਗਾ, ਤੂੰ ਸੁਣਾ ਕਿੱਥੇ ਫਿਰਦਾ ਤੂੰ? ਅੱਜ ਕੱਲ੍ਹ ਨਜ਼ਰ ਹੀ ਨਹੀਂ ਆਉਂਦਾ ਹੈਗਾ। ਕਿਤੇ ਨਹੀਂ, ਇੱਥੇ ਹੈਦਰ ਦੀ ਹਵੇਲੀ ਤੋਂ ਗਿਆ ਵਾ। ਅੱਛਾ, ਲੋਕੀ ਤੇਰੇ ਬਾਰੇ 'ਚ ਬਹੁਤ ਗਲਤ ਗੱਲਾਂ ਕਰਦੇ ਪਏ ਆ। ਖੈਰ ਮੇਰੇ ਬਾਰੇ 'ਚ ਕੀ ਕਹਿੰਦੇ ਆ? ਤੂੰ ਗਰੀਬਾਂ ਨਾਲ ਗਲਤ ਕਰਦਾ ਪਿਆ, ਤੇਰੇ ਕੋਲ ਮਦਦ ਲਈ ਆਉਂਦੇ ਆ। ਗਰੀਬ ਹੈ ਜੀ, ਇਸੇ ਲਾਏਗਾ ਉਹ, ਮੈਂ ਹਰ ਗਰੀਬ ਦੀ ਮਦਦ ਕਰਨ ਲੱਗ ਪਾ ਤੇ ਮੈਂ ਤੇ ਰੁੱਲ ਗਿਆ। ਚੌਧਰੀ ਸ਼ਫਾਕ ਤੂੰ ਲੋਕਾਂ ਦੀ ਨਜ਼ਰਾਂ 'ਚ ਆ, ਮੇਰੀ ਨਜ਼ਰ 'ਚ ਤੂੰ ਮੇਰਾ ਭਰਾ ਵਾ ਤੇ ਮੇਰਾ ਫਰਜ਼ ਬਣਦਾ ਕਿ ਮੈਂ ਤੈਨੂੰ ਸਮਝਾਵਾ। ਤੂੰ ਜੀ ਛੋਟਾ ਛੋਟਾ ਏਰੇ, ਮੈਂ ਸਮਝਾਉਣ ਦੀ ਲੋੜ ਨਹੀਂ ਹੈ। ਇਹ ਕਿ ਤੂੰ ਕੁਆਕ ਨੂੰ ਯਾਸ਼ੀ ਕਰਾਂ ਬਾਈ, ਤੇਰੀਆਂ ਗੱਲਾਂ ਵੀ ਸੁਣਾ। ਤੂੰ ਗਰੀਬਾਂ ਨਾਲ ਗਲਤ ਕਰਦਾ ਪਿਆ ਵਾ, ਤੈਨੂੰ ਅੱਲਾ ਨੇ ਅਗਰ ਦਿੱਤਾ ਵਾ ਤੇ ਤੈਨੂੰ ਚਾਹੀਦਾ ਤੇ ਗਰੀਬਾਂ ਨੂੰ ਵੰਡੇ। ਕਿਉਂ ਵੰਡਾਂ? ਤੇਰੀ ਨਜ਼ਰ ਆਉਂਦਾ ਪੈਸਾ ਮੇਰੇ ਕੋਲ, ਤੇਰੀ ਨਜ਼ਰ 'ਚ ਗਰੀਬਾਂ ਦੀ ਵੈਲਿਊ ਬਹੁਤ ਘੱਟ। ਜ਼ੁਲਮ ਕਰਦਾ ਠੀਕ ਆ, ਮੈਂ ਆਪਣੇ ਕਰਦਾ ਜ਼ੁਲਮ, ਜਵਾਬਦਾਰ ਮੈਂ ਆਪੇ ਜਵਾਬ ਦੇਣਾ, ਤੈਨੂੰ ਤਾਂ ਨਾ ਦੇਣਾ ਹੈਗਾ, ਤੈਨੂੰ ਦੇਣਾ ਪੈਣਾ। ਬਹੁਤੀ ਬਕਵਾਸਾਂ ਕਰ, ਉੱਠ ਕੇ ਚੱਲ ਜਾ ਇੱਥੋਂ ਫਿਰ। ਜੇ ਤੂੰ ਇੱਦਾਂ ਦੇ ਕੰਮ ਕਰਨੇ ਨਾ, ਮੈਂ ਘਰ ਛੱਡ ਕੇ ਚੱਲਿਆ ਨਾ ਹਮੇਸ਼ਾ ਲਈ। ਤੇ ਛੱਡ ਜਾ, ਮੈਨੂੰ ਕੀ ਫਰਕ ਪੈਣਾ? ਫਿਰ ਤੂੰ ਪੂਰੀ ਜ਼ਿੰਦਗੀ ਪਛਤਾਣਾ ਵਾ, ਮੈਂ ਵਾਪਸ ਨਹੀਂ ਆਣਾ ਕਦੀ। ਮੈਂ ਕਿਹਾ ਨਾ ਚੱਲ ਚੱਲ ਬੈਠਾ ਕਾ, ਤੂੰ ਛੇਤੀ ਜਾ। ਤੈਨੂੰ ਨਸੀਹਤ ਹੋਈ ਨਹੀਂ ਇੱਕ ਵਾਰੀ ਤੇਰੇ ਨਾਲ ਕੁਛ ਬੁਰਾ? ਮੈਂ ਕਿਹਾ ਛੇਤੀ ਜਾ, ਤੇਰੇ ਜਾਣ ਮੈਨੂੰ ਕੋਈ ਫਰਕ ਨਹੀਂ ਪੈਂਦਾ। ਘਰ 'ਚ ਤੇਰੇ ਰਹਿਣ ਦਾ ਕੋਈ ਫਾਇਦਾ, ਨਾ ਕੋਈ ਤੇਰੇ ਜਾਣ ਦਾ ਫਾਇਦਾ, ਸਮਝਿਆ? ਮੈਂ ਤੇਰੇ ਜਾਣ ਤੋਂ ਬਾਅਦ ਦੁਖੀ ਹੋਇਆ, ਕੁਛ ਨਹੀਂ ਹੋਣਾ ਮੈਨੂੰ। ਜੋ ਸਾਰੇ ਕੰਮ ਹੀ ਮੈਂ ਆਪ ਕਰਨੇ, ਤੇਰੇ ਨਾਲ ਹੋਣ ਦਾ ਫਾਇਦਾ, ਤੇਰੇ ਕੋਈ ਜਾਣ ਦਾ ਫਾਇਦਾ, ਵਾਪਸ ਮੁੜ ਇਸ ਘਰ 'ਚ ਨਾ ਆਈ, ਦਫਾ ਗਿਆ ਇੱਥੋਂ। ਯਾਰ ਕਿਤੇ ਨਾ ਕਿਤੇ ਉਹਦੀ ਗੱਲ 'ਚ ਸੱਚਾਈ ਹੈ ਸੀ, ਇਸ ਦੁਨੀਆਂ ਤੱਕ ਜਾਣਾ ਮੈਂ ਵੀ ਮੈਂ ਜ਼ੁਲਮ ਮੈਂ ਬਹੁਤ ਘਰ ਛੱਡੇ ਆ। ਓਏ ਪਾਣੀ ਲਿਆਈ, ਮੁਹੱਲੇ ਕੇ ਲੋਕ ਜਬ ਬਾਤੇ ਕਰ ਰਹੇ ਜਬ ਕਬਰਸਤਾਨ ਕੇ ਪਾਸ ਗੁਜ਼ਰਤੇ ਨਾ, ਤੋ ਉਸਕੀ ਕਬਰ ਸੇ ਆਵਾਜ਼ ਆਤੀ ਚੀਖਨੇ ਕੀ ਚਲਾਨੇ ਕੀ, ਜੈਸੇ ਉਸ ਪਰ ਅਜ਼ਾਬ ਹੋ ਰਹਾ ਹੈ। ਵੋ ਆਪ ਇਸ ਬਾਰੇ ਮੈਂ ਕੁਛ ਬਤਾ ਸਕਤੇ ਹੈ, ਕਿਆ ਯੇ ਲੋਕ ਸਹੀ ਕਹਿ ਰਹੇ ਹੈ, ਐਸਾ ਹੋਤਾ ਹੈ? ਯਾਰ ਦੇਖੇ ਆਪਕਾ ਭਾਈ, ਜੈਸੇ ਆਪ ਜਾਣਤੇ ਹੈ ਕਿ ਵੋ ਬਹੁਤ ਜ਼ੁਲਮ ਕਰਤਾ ਥਾ ਗਰੀਬੋਂ ਪਰ, ਤੋ ਉਸਨੇ ਹਰ ਬਾਰ ਕਿਸੀ ਨਾ ਕਿਸੀ ਆਦਮੀ ਕੋ ਧੋਖਾ ਦੀਆ ਹੈ, ਤੋ ਜ਼ੁਲਮ ਕਰਤਾ ਕਰਤਾ ਵੋ ਫੋਤ ਹੋਇਆ, ਤੋ ਅਬ ਹਮ ਦੁਆ ਹੀ ਕਰ ਸਕਤੇ ਹੈ ਕਿਉਂਕਿ ਉਸਕੀ ਕਬਰ ਕੋ ਅਜ਼ਾਬ ਹੋ ਰਹਾ ਹੈ, ਤੋ ਬੇਸ਼ੱਕ ਅੱਲਾ ਸਭ ਕੁਛ ਜਾਣਤਾ ਹੈ ਇਸ ਲਈ ਉਸਕੋ ਅਜ਼ਾਬ ਹੋ ਰਹਾ ਹੈ, ਤੋ ਆਪ ਹਮ ਸਿਰਫ ਦੁਆ ਹੀ ਕਰ ਸਕਤੇ ਹੈ ਉਸਕੇ ਲੀਏ, ਇਸਸੇ ਉਸਕਾ ਅਜ਼ਾਬ ਹਲਕਾ ਹੋ ਜਾਏਗਾ। ਦੋਸਤੋ ਮੈਂ ਸਿਰਫ ਇਤਨਾ ਹੀ ਕਹੂੰਗਾ ਕਿ ਜਿਤਨਾ ਹੋ ਸਕੇ ਨਾ ਗੁਨਾਹ ਸੇ ਉਤਨਾ ਬਚੇ।
بے شک مظلوم بندے کی بد دعا اللہ تعالیٰ بہت جلدی سن لیتا ہے۔ اس ویڈیو سے ہم نے یہی سیکھا ہے کہ اللہ کسی کو بہت زیادہ دیتا ہے اور کسی کو بہت کم دیتا ہے، تو جس کو کم دیتا ہے اس کی عزت کرنی چاہیے، اس کو اپنے برابر کا رکھنا چاہیے۔ یہ نہیں کہنا چاہیے کہ اللہ نے اگر مجھے پیسہ دے دیا تو میں کسی کو بھی نہیں دوں گا، اگر دینا بھی نہیں ہے اس کی عزت بھی نہیں کرنی، اس کو اپنے سے کم تر سمجھنا، ایسے نہیں کرنا چاہیے، اس سے بچنا چاہیے۔